ਮੀਡੀਆ ਉੱਤੇ ਪਰਮੀਸ਼ ਵਰਮਾ ਦੀ ਖਬਰਾਂ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਪਰਮੀਸ਼ ਵਰਮਾ ਤੇ ਗੋਲੀ ਨਾਲ ਹਮਲਾ ਕਰ ਦਿੱਤਾ ਗਿਆ, ਪਰ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਉਹ ਗੈਂਗਸਟਰ ਦਿਲਪ੍ਰੀਤ ਹਜੇ ਵੀ ਫਰਾਰ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਹਨਾਂ ਦੀ ਜ਼ੋਰਾਂ ਸ਼ੋਰਾਂ ਨਾਲ ਟਰੈਕਿੰਗ ਕਰ ਰਹੀ ਹੈ ਤੇ ਜਦੋਂ ਵੀ ਦਿਲਪ੍ਰੀਤ ਦਾ ਨੰਬਰ ਆਨ ਹੋਵੇਗਾ ਜਾਂ ਫਿਰ ਉਹਨਾਂ ਨੂੰ ਕੋਈ ਐਗਜੈਕਟ ਲੋਕੇਸ਼ਨ ਪਤਾ ਲੱਗੇਗੀ ਤਾਂ ਜਲਦੀ ਤੋਂ ਜਲਦੀ ਦਿਲਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ। ਤੇ ਦੋਸਤੋ ਤੁਹਾਨੂੰ ਇਹ ਵੀ ਦੱਸ ਦੇ ਕਿ ਜਦੋਂ ਉਸ ਟਾਈਮ ਪਰਮੀਸ਼ ਵਰਮਾ ਤੇ ਅਟੈਕ ਹੋਇਆ ਸੀ ਤਾਂ ਦੋ ਬੰਦਿਆਂ ਦਾ ਨਾਮ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਪਰਮੀਸ਼ ਵਰਮਾ ਤੇ ਨਾਲ ਦੀ ਨਾਲ ਇੱਕ ਨਾਮ ਵੱਡਾ ਸਾਹਮਣੇ ਆਇਆ ਹੈ ਜੋ ਕਿ ਕੁਲਵੰਤ ਚਹਿਲ ਹੈ ਤੇ ਜਿਸ ਨੂੰ ਆਪਾਂ ਅਕਸਰ ਪਰਮੀਸ਼ ਵਰਮਾ ਦੀਆਂ ਸਨੈਪਚੈਟ ਉੱਤੇ ਦੇਖਦੇ ਨੇ ਤੇ ਇਸ ਨੂੰ ਨਾਲ ਦੀ ਨਾਲ ਸਾਰੀ ਇੰਡਸਟਰੀ ਲਾਡੀ ਚਹਿਲ ਦੇ ਨਾਮ ਤੇ ਜਾਣਦੀ ਹੈ ਤੇ ਪਰਮੀਸ਼ ਵਰਮਾ ਦਾ ਇਹ ਬਹੁਤ ਹੀ ਜ਼ਿਆਦਾ ਕਰੀਬੀ ਤੇ ਬਹੁਤ ਜ਼ਿਆਦਾ ਖਾਸ ਫਰੈਂਡ ਹੈ ਤੇ ਅਕਸਰ ਪਰਮੀਸ਼ ਵਰਮਾ ਦੇ ਨਾਲ ਇਸ ਨੂੰ ਲਾਈਵ ਸ਼ੋਅ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਉਸ ਟਾਈਮ ਪਰਮੀਸ਼ ਵਰਮਾ ਨਾਲ ਜਦੋਂ ਇਹ ਘਟਨਾ ਵਾਪਰੀ ਜਦੋਂ ਉਹ ਅਲਾਂਟੇ ਮੋਲ ਤੋਂ ਵਾਪਸ ਆ ਰਹੇ ਸੀ ਤਾਂ ਕੁਲਵੰਤ ਚਹਿਲ ਉਹਨਾਂ ਨਾਲ ਮੌਜੂਦ ਸੀ ਤੇ ਰਾਤ ਦੇ ਟਾਈਮ ਇਹਨਾਂ ਉੱਤੇ ਫਾਇਰਿੰਗ ਕੀਤੀ ਗਈ ਤੇ ਡਾਕਟਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਚਹਿਲ ਦੀ ਸਰਜਰੀ ਠੀਕ ਤਰੀਕੇ ਨਾਲ ਹੋ ਗਈ ਹੈ ਤੇ ਉਹ ਖਤਰੇ ਤੋਂ ਬਾਹਰ ਨੇ ਤੇ ਨਾਲ ਦੀ ਨਾਲ ਪਰਮੀਸ਼ ਵਰਮਾ ਦੀ ਵੀ ਸਰਜਰੀ ਕੀਤੀ ਗਈ ਤੇ ਉਹ ਵੀ ਖਤਰੇ ਤੋਂ ਬਿਲਕੁਲ ਬਾਹਰ ਨੇ ਤੇ ਜਿੱਦਾਂ ਕਿ ਕੁਲਵੰਤ ਚਹਿਲ ਉਰਫ ਲਾਡੀ ਚਹਿਲ ਵੀ ਪੰਜਾਬੀ ਇੰਡਸਟਰੀ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦਾ ਜੋ ਕਿ ਹੁਣ ਨਵਾਂ ਨਵਾਂ ਗਾਣਾ ਆਉਣਾ ਸੀ ਉਹ ਵੀ ਪਰਮੀਸ਼ ਵਰਮਾ ਜੀ ਨੇ ਡਾਇਰੈਕਟ ਕਰਨਾ ਸੀ ਤੇ ਜੋ ਹੁਣ ਤੁਸੀਂ ਅੱਗੇ ਵੀਡੀਓ ਵਿੱਚ ਦੇਖੋਗੇ। ਜੀ ਹਾਂ ਦੋਸਤੋ, ਤੁਸੀਂ ਵੀਡੀਓ ਵਿੱਚ ਜਿੱਦਾਂ ਕਿ ਦੇਖਿਆ ਕਿ ਕੁਲਵੰਤ ਚਹਿਲ ਇੱਕ ਬਹੁਤ ਵਧੀਆ ਸਿੰਗਰ ਹੈ ਤੇ ਹੁਣ ਆਪਾਂ ਸਾਰੇ ਇਹੀ ਦੁਆਵਾਂ ਕਰਦੇ ਹਾਂ ਕੁਲਵੰਤ ਚਹਿਲ ਅਤੇ ਪਰਮੀਸ਼ ਵਰਮਾ ਜਲਦੀ ਤੋਂ ਜਲਦੀ ਠੀਕ ਹੋ ਜਾਣ ਅਤੇ ਆਪਣੇ ਫੈਨਸ ਲਈ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਉਣ। ਸੋ ਅੱਜ ਲਈ ਇੰਨਾ ਹੀ, ਜਲਦੀ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ 'ਤੇ ਹੋਰ ਨਵੇਂ ਅਪਡੇਟਸ।